ਜਿੱਦ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਉਹਦੇ ਦੇ ਨਵੇਂ-ਨਵੇਂ ਇਹਨਾਂ ਦੇ ਮੰਤਰੀਆਂ ਦੀਆਂ ਗੱਲਾਂ ਹੁੰਦੀਆਂ ਬਾਹਰ ਜਿਵੇਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਦੀ ਗੱਲ ਸੁਣਨ ਨੂੰ ਆਈ ਆ ਹਾਸਾ ਵੀ ਆਉਂਦਾ ਨਾਲ ਰੋਣ ਵੀ ਆਉਂਦਾ ਨਾਲੇ ਪੰਜਾਬ ਦੇ ਲੋਕ ਪਛਤਾਉਂਦੇ ਵੀ ਆ মিডিਆ ਨੇ ਭਗਵੰਤ ਮਾਨ ਕੋਲ ਇਹ ਪੁੱਛਿਆ ਕਿ ਮਾਨ ਸਾਹਿਬ ਏ ਆਪਣੇ ਜਿਹੜੀ ਆ ਦਿਨੋ ਦਿਨ ਨਸ਼ੇ ਦੀਆਂ ਵੀਡੀਓ ਵਾਇਰਲ ਹੁੰਦੀਆਂ ਤੇ ਭਗਵੰਤ ਮਾਨ ਜੀ ਦੇ ਇਹ ਕਹਿੰਦਾ ਅੱਗੋ ਬਿਆਨ ਸੁਣੋ ਕਿ ਮੇਰੇ ਕੋਲ ਕੋਈ ਗਿੱਧੜ ਸਿੰਘੀ ਤਾਂ ਹੈ ਨਹੀਂ ਜਿਹੜੀ ਮੈਂ ਰਾਤੋ ਰਾਤ ਨਸ਼ਾ ਖਤਮ ਕਰ ਦੇਵਾਂ ਤੇ ਮੈਨੂੰ ਇੱਕ ਗੱਲ ਦੱਸੋ ਮਾਨ ਸਾਹਿਬ ਤੁਸੀਂ ਮਾਸਟਰ ਦੇ ਮੁੰਡੇ ਸੀਗੇ ਕੋਈ ਮਤਲਬ ਤੁਸੀਂ ਮਾਸਟਰ ਜੀ ਦੇ ਮੁੰਡੇ ਸੀਗੇ ਕੋਈ ਜੋਗੀ ਦੇ ਪੁੱਤ ਨਹੀਂ ਸੀ ਵੀ ਜਿਹੜੀ ਤੁਹਾਡੇ ਕੋਲ ਅਸੀਂ ਗਿੱਧੜ ਸਿੰਘੀਆਂ ਭੱਲ ਗਏ ਨਾਲੇ ਪੰਜਾਬ ਦੇ ਲੋਕਾਂ ਕੋਲ ਗਿੱਧੜ ਸਿੰਘੀ ਸੀ ਤੁਹਾਨੂੰ ਮੁੱਖ ਮੰਤਰੀ ਬਣਾਇਆ ਤੁਹਾਡੀ ਜਿਹੜੀ ਤੁਹਾਡੀ ਵਾਈਫ ਕਰੋੜਾਂ ਦੀਆਂ ਗੱਡੀਆਂ ਲਈ ਫਿਰਦੇ ਆ ਉਹ ਉਹ ਕੋ ਗਿੱਦੜ ਸਿੰਘੀ ਸੀ ਫਿਰ ਜੇ ਗੱਲ ਕੀਤੀ ਜਾਵੇ ਤੁਹਾਡੀ ਭੈਣ ਜੀ ਔਰ ਤੁਹਾਡੀ ਵਾਈਫ ਦੇ ਸੋਨਾ ਪੂਰਾ ਸੋਨੇ ਦੇ ਨਾਲ ਇੱਕ ਜਿਵੇਂ ਕਹੋ ਨਾ ਵੀ ਸੋਨਾ ਹੀ ਤੁਰਿਆ ਫਿਰਦਾ ਵੇਹ ਲੱਗਦਾ ਸੀ ਜਿਹੜਾ ਲਗਭਗ ਪਤਾ ਨਹੀਂ ਕਿੰਨਾ ਸੋਨਾ ਸੀ ਜਿਹੜਾ ਤੁਹਾਡੀ ਵਾਈਫ ਕੋਲ ਔਰ ਤੁਹਾਡੀ ਭੈਣ ਜੀ ਦੇ ਪਾਇਆ ਸੀ ਉਹ ਕਿਸੇ ਗਿੱਦੜ ਸਿੰਘੀ ਨੇ ਬਣਾ ਕੇ ਦਿੱਤਾ ਸੀ ਸਾਨੂੰ ਇਹਨਾਂ ਗੱਲਾਂ ਦਾ ਜਵਾਬ ਦਿਓ ਕੀ ਜਿਹੜਾ ਤੁਹਾਡੇ ਵਿਧਾਨ ਸਭਾ ਦੇ ਵਿੱਚ ਮੰਤਰੀ ਬੋਲਣ ਲੱਗੇ ਆ ਇਹ ਗਿੱਦੜ ਸਿੰਘੀ ਨੇ ਬੋਲਣ ਲਾਇਆ ਜਾਂ ਤੁਸੀਂ ਇਹ ਗੱਲ ਦੱਸੋ ਕੇਸਰੀਆਲ ਨੇ ਦਿੱਲੀ ਜਿੱਤੀ ਸੀ ਤੇ ਕੀ ਗੱਲੋ ਦਿੱਲੀ ਦੇ ਵਿੱਚੋਂ ਜਿਹੜੇ ਮੁੱਖ ਮੰਤਰੀ ਬਣਿਆ ਉਹ ਗਿੱਦੜ ਸਿੰਘੀ ਦੇ ਨਾਲ ਬਣਿਆ ਚਿੱਟੇ ਦੇ ਨਾਲ ਜਿੰਨਾ ਮਾਵਾਂ ਦੇ ਪੁੱਤ ਮਰੀ ਜਾਂਦੇ ਆ ਉਹਨਾਂ ਮਾਵਾਂ ਨੂੰ ਪੁੱਛੋ ਪਹਿਲਾਂ ਕਿਹੜੀਆਂ ਗਿੱਦੜ ਸਿੰਘੀਆਂ ਚਾਹੀਦੀਆਂ ਤੇ ਦੂਜੀਆਂ ਪਾਰਟੀਆਂ ਦੇ ਇਲਜ਼ਾਮ ਲਾਉਂਦੇ ਹੁੰਦੇ ਸੀ ਉਦੋਂ ਗਿੱਦੜ ਸਿੰਘੀਆਂ ਸੀ ਤੁਹਾਡੇ ਕੋਲ ਕਿਹੜੀਆਂ ਗਿੱਦੜ ਸਿੰਘੀਆਂ ਸੀ ਕਿੱਥੇ ਗਏ ਤੁਹਾਡਿਆ ਰੋਡ ਮੈਪ ਕਿਹ ਚੋਰੀ ਹੋ ਗਏ ਜਿਹੜੇ ਤੁਸੀਂ ਗੱਲਾਂ ਕਰਦੇ ਹੁੰਦੇ ਸੀ ਲੋਕਾਂ ਨੂੰ ਜੇ ਮੈਂ ਗੱਲ ਕਰਾਂ ਬੀਬਾ ਅਨਮੋਲ ਗਗਨ ਮਾਨ ਜੀ ਦੀ 5 ਮਿੰਟਾਂ ਦੇ ਵਿੱਚ ਐਮਐਸਪੀ ਦਿੰਦੇ ਸੀ ਤੇ ਉਹਨਾਂ ਕੋ ਟੋਕਰੀ ਸੀ ਕਿੱਦੜ ਸਿੰਘੀਆਂ ਦੀ ਪਹਿਲਾਂ ਪੁੱਛੋ ਉਹਨਾਂ ਦੇ ਕੋਲੋਂ ਦਿਨੋਂ ਦਿਨ ਤੁਹਾਡੇ ਮੰਤਰੀਆਂ ਦੀ ਬੋਲਬਾਣੀ ਇਹ ਇਹ ਯਾਦ ਰੱਖੋ 4 ਦਿਨ ਦੀ ਪੁਰਾਣੀ ਜਿੰਦੇ ਤੂੰ ਐਵੇਂ ਨਾ ਜਿੰਦੇ ਮਾਨ ਕਰੀ ਇਹ 5 ਸਾਲਾਂ ਦੀ ਹੈ ਤੁਹਾਡੇ ਕੋਲ ਆ ਜਿਹੜੀ ਤੁਹਾਡੇ ਕੋਲ ਐ ਸ਼ੋਹਰਾਮ ਆ 50 ਸਾਲਾਂ ਬਾਅਦ ਯਾਦ ਕਰਿਆ ਕਰੋਗੇ ਤੁਹਾਨੂੰ ਮੁੱਖ ਮੰਤਰੀ ਲੋਕਾਂ ਨੇ ਬਣਾਇਆ ਤੁਹਾਨੂੰ ਗਿੱਦੜ ਸਿੰਘੀ ਨੇ ਮੁੱਖ ਮੰਤਰੀ ਨਹੀਂ ਬਣਾਇਆ ਉਸੇ ਤਰ੍ਹਾਂ ਅੱਜ ਤੁਹਾਡੇ ਕੋਲ ਗਿੱਦੜ ਸਿੰਘੀ ਆ ਤੁਸੀਂ ਕਿਸ ਕਿਸੇ ਚਿੱਟਾ ਜਾ ਕੇ ਤੁਸੀਂ ਵੇਖ ਨਹੀਂ ਸਕਦੇ ਚਿੱਟੇ ਦੀ ਤਾਂ ਦੂਰ ਦੀ ਗੱਲ ਰਹੀ ਅੱਜ ਜਿਹੜਾ ਕਰੋ 2 2 ਮਹੀਨੇ ਦੇ ਕਰੀਬ ਹੋ ਗਿਆ ਜਿਹੜੀ ਜੀਰਾ ਫੈਕਟਰੀ ਦਾ ਰੌਲਾ ਪਿਆ ਹੋਇਆ ਸ਼ਰਾਬ ਦਾ ਤੇ ਉਹ ਉਹ ਬੰਦ ਕਰਾ ਦੋ ਪਹਿਲਾਂ ਉਹਦੇ ਹੱਸਤੇ ਕਿਹੜਾ ਗਿੱਦੜ ਸਿੰਘੀ ਚਾਹੀਦੀ ਆ ਜਾਂ ਜਿਹੜੇ ਕਾਰਾਂ ਦੇ ਵਿੱਚ ਜਾਣੇ ਆ ਜਾਂ ਜਿਹੜਾ 파ਸ਼ਨ ਦਿੰਨੇ ਆ ਉਹ ਗਿੱਦੜ ਸਿੰਘੀ ਨਾਲ ਦਿੰਨੇ ਆ ਜੇਕਰ ਗਿੱਦੜ ਸਿੰਘੀ ਚਾਹੀਦੀ ਆ ਤਾਂ ਫਿਰ ਆ ਪੀਲੇ ਪੱਗ ਨਾ ਬਨੋ ਫਿਰ ਤੁਸੀਂ ਪੱਗ ਬਨੋ ਭਾਈ ਉਹ ਲਾਲ ਪੱਗ ਬਨੋ ਤੇ ਤੁਸੀਂ ਜੋਗੀਆਂ ਵਾਲਾ ਪਾਓ ਪਹਿਰਾਵਾ ਫਿਰ ਅਸੀਂ ਕਹੀਏ ਕਿ ਗਿੱਦੜ ਸਿੰਘੀ ਹੋਊਗੀ ਤੇ ਜਿੰਨਾਂ ਕੋਲ ਗਿੱਦੜ ਸਿੰਘੀ ਉਹ ਮੁੱਖ ਮੰਤਰੀ ਬਣ ਕੇ ਕਿੰਨੀਆਂ ਗਿੱਦੜ ਸਿੰਘੀਆਂ ਇਕੱਠੀਆਂ ਕਰਕੇ ਦੇ ਦੀਏ ਕੱਲ ਤੱਕ ਬੋਲੋ ਕਿੰਨੇ ਸਾਹ ਦਾ ਆਪਣਾ ਕਿੰਨੇ ਜੋਗੀ ਆਉਂਦੇ ਆ ਪਿੰਡਾਂ ਦੇ ਵਿੱਚ ਸਾਰਿਆਂ ਕੋਲ ਗਿੱਦੜ ਸਿੰਘੀਆਂ ਕੀ ਉਹਨਾਂ ਨੇ ਆਪਦੀਆਂ ਕੋਠੀਆਂ ਪਾਲੀਆਂ ਗਿੱਦੜ ਸਿੰਘੀਆਂ ਦੇ ਨਾਲ ਨਸ਼ਾ ਖਤਮ ਹੁੰਦਾ ਗਿੱਦੜ ਸਿੰਘੀਆਂ ਦੇ ਨਾਲ ਜੇਕਰ ਨਸ਼ਾ ਬੰਦ ਹੁੰਦਾ ਤਾਂ ਸੁਖਬੀਰ ਬਾਦਲ ਨੇ ਕਿੰਨੀਆਂ ਗਿੱਦੜ ਸਿੰਘੀਆਂ ਖਰੀਦ ਲੈਣੀਆਂ ਸੀ ਤੇ ਤੁਸੀਂ ਮੁੱਖ ਮੰਤਰੀ ਨਹੀਂ ਹੋਣਾ ਸੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਹੋਣਾ ਸੀ ਜੇਕਰ ਗਿੱਦੜ ਸਿੰਘੀਆਂ ਦੇ ਨਾਲ ਕੋਈ ਹੱਲ ਹੁੰਦਾ ਤਾਂ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਹੋਣਾ ਸੀ ਜੇਕਰ ਗਿੱਦਰ ਸਿੰਘੀਆਂ ਦੇ ਨਾਲ ਨਸ਼ੇ ਬੰਦ ਹੁੰਦੇ ਕੁਰਸੀਆਂ ਮਿਲਦੀਆਂ ਤੇ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਹੋਣਾ ਸੀ ਜੇਕਰ ਤੁਹਾਡੇ ਕੋਲ ਵੀ ਗਿੱਦਰ ਸਿੰਘੀ ਹੁੰਦੀ ਤਾਂ ਕੇਸਰੀ ਆਲ ਨੇ ਵੀ ਜਿਹੜੇ 10 ਕਿਲੋ ਦੀ ਐਨਕ ਲਾ ਕੇ ਗੱਪ ਮਾਰਦੇ ਆ ਉਹਨਾਂ ਨੂੰ ਵੀ ਅਜ ਇੰਡੀਆ ਦੇ ਪੀਐਮ ਹੋਣਾ ਸੀ ਇਹ ਗਿੱਦਰ ਸਿੰਘੀਆਂ ਨਸ਼ੇ ਬੰਦ ਕਰਾਉਣੀਆਂ ਕਿ ਜਦੋਂ ਕੋਈ ਆਈਪੀਐਸ ਲੱਗਦਾ ਉਹ ਗਿੱਦਰ ਸਿੰਘੀ ਦੇ ਨਾਲ ਲੱਗਦਾ ਜਦੋਂ ਕੋਈ ਡੀਸੀ ਆਪਦੀ ਕੁਰਸੀ ਤੇ ਬਹਿੰਦਾ ਉਹ ਗਿੱਦੜ ਸਿੰਘੀ ਦੇ ਨਾਲ ਬੰਦਾ ਐਸਐਸਪੀ ਗਿੱਦੜ ਸਿੰਘੀ ਦੇ ਨਾਲ ਲੱਗਦਾ ਇੱਕ ਚੰਗਾ ਡਾਕਟਰ ਐਮਬੀਐਸਐਸ ਉਹ ਜਿਹੜਾ ਪੱਕਾ ਜਿਹੜਾ ਪਾ ਡਾਕਟਰ ਕਹਿੰਨੇ ਤਕੜਾ ਡਾਕਟਰ ਕਹਿੰਨੇ ਆ ਕੀ ਉਹ ਜਿਹੜਾ ਕਹ ਲੋ ਉਹ ਗਿੱਦੜ ਸਿੰਘੀ ਦੇ ਨਾਲ ਬੰਦੇ ਆ ਨਰਸਾ ਗਿੱਦੜ ਸਿੰਘੀ ਦੇ ਨਾਲ ਬੰਦਗਾ ਇਹ ਕਿਹੜੀ ਤੁਸੀਂ ਗੱਲ ਕਰੀ ਜਾਂਦੇ ਆ ਤੇ ਜਿਹੜਾ ਰੰਗਲਾ ਪੰਜਾਬ ਬਣਾਉਣ ਦੀ ਗੱਲ ਕਰਦੇ ਆ ਉਹ ਗਿੱਦੜ ਸਿੰਘੀ ਦੇ ਨਾਲ ਬਣੂਗਾ ਇਹ ਗਿੱਦੜ ਸਿੰਘੀਆਂ ਲੈ ਆਉਂਗਾ ਕਿੱਥੋਂ ਜੇ ਗਿੱਦੜ ਸਿੰਘੀਆਂ ਦੇ ਨਾਲ ਨਸ਼ੇ ਬੰਦ ਹੁੰਦੇ ਆ ਤਾਂ ਤੁਸੀਂ ਇੱਕ ਆ ਗਿੱਦੜ ਸਿੰਘੀਆਂ ਕਰੋ ਇਕੱਠੀਆਂ ਗਿੱਦੜ ਸਿੰਘੀਆਂ ਨਾਲ ਕੁਝ ਆਊਗਾ ਆ ਮੈਂ ਵੇਖੂਗਾ ਹੁਣ ਤੁਸੀਂ ਆ 2024 ਚਾਲ ਦੀ ਐਮਪੀ ਗਿੱਦੜ ਸਿੰਘੀਆਂ ਨਾਲ ਜਿਤਾਉਂਗੇ ਜੇ ਗਿੱਦੜ ਸਿੰਘੀ ਦੇ ਨਾਲ ਕੁਝ ਹੁੰਦਾ ਤਾਂ ਲਖਸ਼ਣਾ ਦੇ ਕਦੇ ਅਰਪਰ ਪਈਆ ਖਰਚੇ ਨਹੀਂ ਹੋਇਆ ਕਰਨੇ ਸੀ ਭਗਵੰਤ ਮਾਨ ਜੀ ਜੇ ਗਿੱਦੜ ਸਿੰਘੀ ਹੁੰਦੀ ਤਾਂ ਤੁਹਾਡਾ ਤਲਾਕ ਨਹੀਂ ਹੋਣਾ ਸੀ ਏ ਮਾਫ ਕਰਨਾ ਮੈਂ ਕੋਈ ਗੱਲ ਪਰਸਨਲ ਨਹੀਂ ਕਹਿ ਰਿਹਾ ਇਹ ਰੀਅਲ ਗੱਲ ਆ ਜਿਹੜੀ ਤੁਸੀਂ ਗਿੱਧਰ ਸਿੰਘੀ ਕਹਿੰਨੇ ਨਾ ਉਹ ਸਾਡੇ ਵੀ ਪਰਸਨਲ ਆ ਕੇ ਵੱਜੀ ਆ ਇੱਥੇ ਦਿਲ ਤੇ ਆ ਕੇ ਵੱਜੀ ਆ ਸਾਡੇ ਵੀ ਬੱਚੇ ਮਰੇ ਆ ਨਸ਼ਿਆਂ ਦੇ ਨਾਲ ਸਾਡੇ ਪਿੰਡਾਂ ਦੇ ਵਿੱਚ ਮੌਤਾ ਹੁੰਦੀਆਂ ਜਿਹੜੀ ਮਾਂ ਦੇ ਇਕੱਲੇ ਇਕੱਲੇ ਪੁੱਛਿੱਟੇ ਦੇ ਨਾਲ ਮਰਦਾ ਉਹਨੂੰ ਪੁੱਛੋ ਜਾ ਕੇ ਜਿਹੜੀ ਭੈਣ ਦਾ ਪਰਾ ਨਹੀਂ ਵੱਜਦਾ ਉਹਨੂੰ ਪੁੱਛੋ ਜਾ ਕੇ ਇਹ ਤੁਸੀਂ ਗਿੱਧਰ ਸਿੰਘੀਆ ਦੇ ਨਾਲ ਨਸ਼ਾ ਭਜਾਉਂਗੇ ਤੁਹਾਨੂੰ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੇ ਗਿੱਦੜ ਸਿੰਘੀਆਂ ਨਾਲ ਨਹੀਂ ਬਣਾਇਆ ਤੁਹਾਨੂੰ ਆਪਦੀਆਂ ਵੋਟਾਂ ਨਾਲ ਬਣਾਇਆ ਇਹ 3 ਕਰੋੜ ਜਨਤਾ ਦੇ ਤੁਹਾਨੂੰ ਇਕੱਲੇ ਨੂੰ ਮੁੱਖ ਮੰਤਰੀ ਬਣਾ ਦਿੱਤਾ ਤੇ ਮੁੱਖ ਮੰਤਰੀ ਮੁੱਖ ਬਣਾਇਆ 3 ਕਰੋੜ ਆਬਾਦੀ ਦਾ ਤੇ ਜੇ ਇੱਕ ਬੰਦਾ ਹੁਣ 3 ਕਰੋੜ ਮਤਲਬ 3 ਕਰੋੜ ਆਬਾਦੀ ਤੇ ਇਕੱਲਾ ਬਹਿ ਕੇ ਬਾਕੀਆਂ ਨੂੰ ਇਹ ਕਵੇ ਕਿ ਮੇਰੇ ਕੋਲ ਕੋਈ ਗਿੱਦੜ ਸਿੰਘੀ ਨਹੀਂ ਗਈ ਤਾਂ ਫਿਰ ਗਿੱਦੜ ਸਿੰਘੀਆਂ ਦੇ ਨਾਲ ਭਾਈ ਸਾਹਿਬ 2027 ਚ ਚੋਣਾਂ ਜਿੱਤ ਲਈ ਕਮਾਲ ਹੋ ਗਈ ਆ ਬੀਬਾ ਜਿਹੜੀ ਆ ਤੁਹਾਡੀ ਅਨਮੋਲ ਗਗਨਮਾਨ ਇਹਨਾਂ ਨੇ ਆਪਦੀ ਕੋਠੀ ਵਾਸਤੇ ਰੈਨੋਵੇਟ ਕਰਨ ਵਾਸਤੇ 34 ਮੰਗਾ ਰੱਖੀਆਂ ਫਿਸਿੰਗ ਪੂਲ ਮੰਗਿਆ ਲਗਭਗ 2.5-3 ਕਰੋੜ ਦੀਆਂ ਮੰਗਾ ਇਹਨਾਂ ਨੇ ਕੀਤੀਆਂ ਕੀ ਉਹ ਗਿੱਧੜ ਸਿੰਘੀਆਂ ਨਾਲ ਸੈੱਟ ਹੋਣਗੀਆਂ ਫਿਰ ਤੁਸੀਂ ਇਹ ਗੱਲ ਕਹਿਆ ਪੱਤਰਕਾਰਾਂ ਨੂੰ ਕਿ ਬਈ ਅਸੀਂ ਤਾਂ ਆਖੇ ਆ ਤੁਜਾ ਉਹ ਖੇਡਾਂ ਵਤਨ ਪੰਜਾਬ ਦੀਆਂ ਚਲਾਈਆਂ ਤੇ ਉਹ ਬੜੇ ਲੋਕ ਖੇਡ ਹੀ ਜਾਂਦੇ ਆ ਨੌਜਵਾਨ ਕਿਹੜੇ ਖੇਡ ਹੀ ਜਾਂਦੇ ਆ ਔਰ ਜਿਹੜੇ ਆਪਣੇ ਅਸਰੀਕ ਸਿੱਖਿਆ ਦੇ ਅਧਿਆਪਕ ਹੁੰਦੇ ਆ ਤੇ ਉਹ ਉਹਨਾਂ ਨੂੰ ਤਾਂ ਤੁਸੀਂ ਕਟਾਈ ਜਾਣੇ ਆ ਪੀਟੀਆਈ ਜਿਹੜਾ ਟੀਚਰ ਉਹਨਾਂ ਦੇ ਤੁਸੀਂ ਆਏ ਦਿਨ ਡੰਡਾ ਵਰਾਉਣੇ ਆ ਤੇ ਜਿਹੜੇ ਪੁਲਸ ਵਾਲੇ ਜਿਹੜੇ ਡੰਡੇ ਮਾਰਦੇ ਕਿੱਧਰ ਸਿੰਘੀ ਨਾਲ ਮਾਰਦੇ ਆ ਤੁਹਾਡੇ ਹੁਕਮਾਂ ਨਾਲ ਮਾਰਦੇ ਹੋ ਤੁਹਾਡੇ ਹੁਕਮਾਂ ਦੇ ਨਾਲ ਡੰਡੇ ਚੱਲਦੇ ਉੱਥੇ ਉਹ ਕੋਈ ਡੰਡੇ ਉੱਥੇ ਕਿੱਧਰ ਸਿੰਘੀ ਨਾਲ ਚਲਦੀ ਉੱਥੇ ਤੁਹਾਡੇ ਹੁਕਮਾਂ ਨਾਲ ਡੰਡੇ ਚੱਲਦੇ ਆ ਤੇ ਤੁਸੀਂ ਕਿਵੇਂ ਕਹਿ ਸਕਦੇ ਆ ਵੀ ਉਹ ਕਿੱਧਰ ਸਿੰਘੀ ਨਾਲ ਡੰਡੇ ਚੱਲਣਗੇ ਜੇ ਤੁਹਾਡੇ ਹੁਕਮਾਂ ਦੇ ਨਾਲ ਇਹ ਗਿੱਦੜ ਸਿੰਘੀਆਂ ਤੋਂ ਬਿਨਾਂ ਜੇ ਤੁਹਾਡੇ ਹੁਕਮ ਚੱਲਦੇ ਆ ਨਾ ਤਾਂ ਤਾਂ ਉੱਥੇ ਲਾਠੀ ਚਾਰਜ ਹੁੰਦੇ ਆ ਤੇ ਜੇਕਰ ਤੁਹਾਡੇ ਹੁਕਮ ਬਿਨਾਂ ਗਿੱਦੜ ਸਿੰਘੀਆਂ ਤੋਂ ਦਿੱਤੇ ਜਾ ਸਕਦੇ ਆ ਤੇ ਚਿੱਟਾ ਵੀ ਬੰਦ ਹੋ ਸਕਦਾ ਇਹ ਗਿੱਦੜ ਸਿੰਘੀਆਂ ਨਾਲ ਸਭ ਕੁਝ ਕਰੀ ਜਾਂਦੇ ਆ ਤੁਸੀਂ ਹੇ ਕਮਾਲ ਹੋ ਗਈ ਯਾਰ ਮੁੱਖ ਮੰਤਰੀ ਦੀਆਂ ਬਿਆਨਬਾਜ਼ੀਆਂ ਵੇਖ-ਵੇਖ ਕੇ ਮੈਂ ਇਹਹੀ ਬਿਆਨਬਾਜ਼ੀ ਕਿਸੇ ਹੋਰ ਪਾਰਟੀ ਦੇ ਨੇਤਾ ਨੇ ਦਿੱਤੀ ਹੁੰਦੀ ਤਾਂ ਭਗਵਾਨ ਤਮਾਨ ਨੇ ਇਹ ਪੂਰਾ ਟੰਡੋਰਾ ਪੱਟ ਦੇਣਾ ਸੀਗਾ ਏ ਵਜਾਉਨੇ ਸੀ ਢੋਲ ਕਿ ਮੁੱਖ ਮੰਤਰੀ ਨੇ ਐ ਕਹਿ ਦਿੱਤਾ ਫਲਾਣੇ ਨੇ ਐ ਕਹਿ ਦਿੱਤਾ ਸ਼ਾਵਾ ਸ਼ੇ ਯਾਰ ਫਿੱਟੇ ਲਾਂ ਤਿੰਨਾਂ ਲੋਕਾਂ ਦੇ ਜਿਹੜੇ ਲੋਕਾਂ ਨੇ ਤੁਹਾਨੂੰ ਚੋਲੇ ਤੁਹਾਡੇ ਤੇ ਵਿਸ਼ਵਾਸ ਕਰ ਲਿਆ ਇਹ ਸਜ਼ਾ ਦੇ ਰਹੇ ਆ ਲੋਕਾਂ ਨੂੰ ਗਿੱੱਡੜ ਸਿੰਘੀਆਂ ਗਿੱੱਡੜ ਸਿੰਘੀਆਂ ਕਿਹੜੀ ਗਿੱੱਡੜ ਸਿੰਘੀ ਕੋਈ ਕਹਿੰਦਾ ਉਹ ਤੁਹਾਡੇ ਹੁਣ ਪਾਰਟੀ ਦੇ ਵਰਕਰ ਬੰਦਾ ਕੀ ਆਂਦੇ ਆ ਅਖੇ ਲੋਕ ਨਸ਼ਾ ਨਾ ਕਰਨ ਤੇ ਫਿਰ ਇਹ ਗੱਲ ਤੁਸੀਂ ਕਾਂਗਰਸ ਦੀ ਸਰਕਾਰ ਵੇਲੇ ਕਿਉਂ ਨਹੀਂ ਕਹੀ ਕੀ ਕੈਪਟਨ ਮਰਿੰਦਰ ਸਿੰਘ ਕਿਸੇ ਕਿਸੇ ਨੇ ਢਾਕੇ ਮੂੰਹ ਦੇ ਵਿੱਚ ਚਿੱਟਾ ਪਾ ਕੇ ਜਾਂਦਾ ਸੀ ਜਾਂ ਵਿਕਰਮਜੀਤ ਮਜੀਠੀਆ ਉਹ ਉਹ ਕਿਸੇ ਨੂੰ ਢਾਕੇ ਖਵਾ ਕੇ ਜਾਂਦਾ ਸੀ ਜਾਂ ਚਰਨਜੀਤ ਸਿੰਘ ਚੰਨੀ ਉਹ ਕਿਸੇ ਨੂੰ ਢਾਕੇ दारू ਪਿਉਂਦਾ ਸੀ ਜਾਂ ਰਾਜਾ ਵੜੈਨ ਕਿਸੇ ਨੂੰ ਢਾਕੇ ਨਸ਼ਾ ਖਵਾਉਂਦਾ ਸੀ ਕਮਾਲ ਦੀ ਗੱਲ ਹੋ ਗਈ ਆਖੇ ਲੋਕ ਨਾਖਣ ਤੇ ਤੁਸੀਂ ਬੰਦ ਨਹੀਂ ਕਰਾ ਸਕਦੇ ਤੁਹਾਡੇ ਮੁੱਖ ਮੰਤਰੀ ਜੀ ਨੂੰ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਚਿੱਟਾ ਬੰਦ ਕਰਾਉਣ ਵਾਸਤੇ ਗਿੱਦੜ ਸਿੰਘ ਹੀ ਤਾਂ ਹੈਣੀਗੀ ਪਰ ਜਿਹੜੇ ਆ ਸ਼ਰਾਬ ਦਾ ਮਸਲਾ 2 ਮਹੀਨਾ ਤੋਂ ਚੱਲਿਆ ਪਿਆ ਇਹਦੇ ਹਾਸਤੇ ਕੋਈ ਗਿੱੱਡੜ ਸਿੰਘੀ ਦੀ ਲੋੜ ਨਹੀਂ ਗਈ ਵਾਹ ਯਾਰ ਵਾਰਨਿਆਰੇ ਜਾਈਏ ਤੁਹਾਡੇ ਅਖੇ ਬੁੱਲਿਆ ਕੰਮ ਨਾ ਕਰਿਆ ਕਰ ਤਕਦੀਰ ਬਦਲਦੀ ਰਹਿੰਦੀ ਆ ਸ਼ੀਸ਼ਾ ਸ਼ੀਸ਼ਾ ਰਹਿੰਦਾ ਬਸ ਤਸਵੀਰ ਬਦਲਦੀ ਰਹਿੰਦੀ ਆ ਤਸਵੀਰਾਂ ਬਦਲ ਗਈਆਂ ਬਿਆਨ ਬਾਜ਼ੀng ਉਹੀ ਆ ਗਿੱੱਡੜ ਸਿੰਘੀ ਗਿੱੱਡੜ ਸਿੰਘੀ ਕਿੱਥੋਂ ਗਿੱੱਡੜ ਸਿੰਘੀ ਭਾਈ ਸਾਹਿਬ ਮੈਨੂੰ ਤਾਂ ਸਮਝ ਨਹੀਂ ਆਉਂਦੀ ਆ ਜਿਹੜੀ ਆ ਗਰੀਬੀ ਪਈ ਆ ਦੇਸ਼ ਦੇ ਵਿੱਚ ਏ ਫਿਰ ਆਪਾਂ ਗਿੱਦੜ ਸਿੰਘੀ ਨਾਲ ਭਜਾ ਦਿੱਗੇ ਲੈ ਮੈਨੂੰ ਆ ਲੋਕ ਇੱਥੇ ਫੋਨ ਕਰਕੇ ਕਹਿ ਦੇਣਗੇ ਗਿੱਦੜ ਸਿੰਘੀ ਚਾਹੀਦੀ ਆ ਮੈਂ ਕਈ ਜੋਗੀਆਂ ਕੋਲ ਗਿੱਦੜ ਸਿੰਘੀ ਲਿਆਉਣਾ ਭਾਈ ਸਾਹਿਬ ਜੇਕਰ ਪੰਜਾਬ ਦਾ ਗਿੱਦੜ ਸਿੰਘੀ ਨਾਲ ਭਲਾ ਹੁੰਦਾ ਤਾਂ ਜਿਹੜੀਆਂ ਅੱਗੇ ਰਾਜੇ ਮਹਾਰਾਜਾਂ ਨੇ ਜੰਗਾ ਜਿੱਤੀਆਂ ਗਿੱਦੜ ਸਿੰਘੀ ਨਾਲ ਜਿੱਤੀਆਂ ਮੈਂ ਤਾਂ ਵੇਖਿਆ ਨ ਕਿੱਦੇ ਟੀਪੂ ਸੁਲਤਾਨ ਸੁਲਤਾਨ ਦਾ ਕਿੱਦੇ ਕੋਈ ਬਕਸਾ ਚੱਕ ਕੇ ਭਜਿਆ ਗਿੱਦੜ ਸਿੰਘੀਆ ਦਾ ਸੁਣਿਆ ਨਹੀਂ ਅਸਤਕ ਕਿਤਾਬਾਂ ਦੇ ਵਿੱਚ ਏ ਡੀਆਂ ਡੀਆਂ ਲੜਾਈਆਂ ਹੋਈਆਂ ਇੱਥੇ ਜੰਗਾ ਲੱਗੀਆਂ ਪੁਰਾਣੇ ਸਮੇਂ ਦੇ ਵਿੱਚ ਉਹ ਗਿੱਦੜ ਸਿੰਘੀਆਂ ਤੇ ਨਹੀਂ ਚੱਲੀਆਂ ਇਹ ਕਿਹੋ ਜਿਹੀਆਂ ਗੱਲਾਂ ਥੋਡੀਆਂ ਕਿਹੋ ਜਿਹੀਆਂ ਬਿਆਨਬਾਜ਼ੀਆਂ ਇਹ ਥੋਡੀ ਦਾ ਬਿਆਨਬਾਜ਼ੀ ਦੇਖ ਕੇ ਤੂੰ ਤਾਂ ਭਰੇ ਗਏ ਪਰ ਉਹ ਮਾਣ ਨੂੰ ਪੁੱਛੋ ਜਾ ਕੇ ਜਿਹਦਾ ਪੁੱਤ ਨਸ਼ੇ 'ਚ ਚੱਲ ਵਸਿਆ ਉਹ ਘਰ ਵਾਲੀ ਨੂੰ ਪੁੱਛੋ ਜਿਹਦੇ ਤਲਾਕ ਹੋ ਗਏ ਉਹ ਘਰ ਵਾਲੀ ਨੂੰ ਪੁੱਛੋ ਜਿਹਦਾ ਘਰ ਵਾਲਾ ਦੁਨੀਆ ਤੋਂ ਛੱਡ ਗਿਆ ਚਿੱਟੇ ਦੇ ਕਾਰਨ ਇਹ ਭੈਣ ਬਾਜੀ ਨੂੰ ਉਹਨਾਂ ਨੂੰ ਪੁੱਛਿਆ ਕਿਵੇਂ ਲੱਗਦੀਆਂ ਉਹਨਾਂ ਤੇ ਫਿਰ ਇਹ ਪਰਸਨਲਿਟੀ ਵਾਰ ਆ ਤੁਹਾਡਾ ਗਿੱਧਰ ਸਿੰਘੀ ਆਲਾ ਵੀothor ਮੇਰੇ ਕੋਲ ਕਿਹੜਾ ਗਿੱਧਰ ਸਿੰਘੀ ਆ ਤੇ ਲੋਕਾਂ ਕੋਲ ਗਿੱਧਰ ਸਿੰਘੀ ਸੀ ਤੁਹਾਨੂੰ ਮੁੱਖ ਮੰਤਰੀ ਬਣਾਤਾ ਆ ਬੀਬਾ ਨੂੰ ਮੋਲ ਗਗਨ ਮਾਨ ਕੋਲ ਦਾ ਸੀ ਕਿ ਗਿੱਧਰ ਸਿੰਘੀ ਪੰਜਾਂ ਮਿੰਟਾਂ ਦੇ ਵਿੱਚ ਕੀ ਕੁਛ ਕਰਦੇ ਸੀ ਕੇਸਰੀ ਆਲ ਕੋਲ ਗਿੱਧਰ ਸਿੰਘੀ ਸੀ ਜਿਹੜਾ 24 ਘੰਟਿਆਂ ਦੇ ਵਿੱਚ ਬੇਅਦਬੀ ਦੇ ਦੋਚੀ ਫੜਦੇ ਸੀ ਬਸ ਲਾ ਕੇ ਅੱਧਾ ਕਿਲੋਰੀ ਐਨਕ ਮਾਰ ਕੇ ਗੱਪ ਤੇ ਚਲੋ ਚੱਲ ਜੀ ਪੰਜਾਬ ਦਾ ਕਿਹੜਾ ਬਦਲਾ ਕਰਤਾ ਤੁਸੀਂ ਹੁਣ ਤੁਸੀਂ 6 ਮਹੀਨੇ 6 ਮਹੀਨੇ ਕਰੀ ਜਾਂਦੇ ਆ ਐ ਹੁਕਮ ਦੇਣੇ ਆ ਜੇ ਹੁਕਮਤ ਦੇ लाठी चार्ज ਹੋ ਸਕਦੇ ਆ ਜੇ ਹੁਕਮਤ ਦੇ ਪਰਚੇ ਹੋ ਸਕਦੇ ਆ ਜੇ ਹੁਕਮਤ ਦੇ ਸਭ ਕੁਝ ਹੋ ਸਕਦਾ ਜੇ ਹੁਕਮਤ ਦੇ ਨੌਕਰੀਆਂ ਮਿਲ ਜਾਣਗੀਆਂ ਤੇ ਜੇਕਰ ਤੁਸੀਂ ਇਹ ਗਿੱਦੜ ਸਿੰਘੀ ਦੀ ਕਰਦੇ ਆ ਤੇ ਹਰ ਵਿਅਕਤੀ ਨੇ ਗਿੱਦੜ ਸਿੰਘੀ ਰੱਖਣੀ ਸੀ ਤੇ ਹਰ ਵਿਅਕਤੀ ਨੇ ਫਿਰ ਪ੍ਰਧਾਨ ਮੰਤਰੀ ਬਣ ਜਾਣਾ ਸੀ ਗਿੱਦੜ ਸਿੰਘੀ ਨਾਲ ਗਿੱਦੜ ਸਿੰਘ ਹੀ ਭਰਾਵਾ ਸਾਥ ਕੇ ਜਾਵਾ ਗਿੱਦੜ ਸਿੰਘ ਹੀ ਇਹਦਾ ਗਿੱਦੜ ਸਿੰਘ ਹੀ ਨਾ ਹੋਈ ਕੋਈ ਦੇਸ਼ ਦੀ ਰਾਣੀ ਹੋਈ ਜਿਹੜੀ ਕਹਵੇ ਚਲੋ ਜੀ ਸੀਐਮ ਸਾਹਿਬ ਭਗਵਾਨ ਤਮਨ ਜੀ ਹੁਣ ਕੁਰਸੀ ਤੇ ਮੁੱਖ ਮੰਤਰੀ ਦੀ ਵਿਸ਼ਵ ਦੀ ਫਾਈਲ ਕਾਨੂੰ ਭਾਇਆ ਜਾਵੇ ਮੈਂ ਵੀ ਪਹਿਲਾਂ ਭਰਾਵਾ ਗਿੱਦੜ ਸਿੰਘ ਹੀ ਆ ਕਿੱਥੇ ਆ ਮੈਂ ਤਾਂ ਆਪ 2027 ਚ ਮੁੱਖ ਮੰਤਰੀ ਬਣਦਾ ਫਿਰ ਲੱਭੇ ਗਿੱਦੜ ਸਿੰਘ ਕਿਤੋਂ ਨਾ ਕਿਤੋਂ ਪਰ ਗਿੱਦੜ ਸਿੰਘ ਹੀ ਨੇ ਸਵਾਰਿਆ ਤਾਂ ਕੁਛ ਨਹੀਂ ਥੋੜੇ ਬਿਆਨਬਾਜ਼ੀ ਨੇ ਉਹਨਾ ਮਾਵਾਂ ਦੇ ਛਾਤੀ ਤੇ ਤੀਰ ਜ਼ਰੂਰ ਮਾਰ ਦਿੱਤੇ ਉਹ ਦਿਲ ਚੀਰਾ ਚੀਰ ਜ਼ਰੂਰ ਕਰ ਦਿੱਤੇ ਇਹ ਬਿਆਨ ਨੇ ਤੁਹਾਡੇ ਵਾ ਬੇਲੀਆਂ ਜਿਹੜੀ ਭੈਣ ਦਾ ਕੱਲਾ ਕੱਲਾ ਭਰਾ ਗਿਆ ਹੋਵੇ ਨਸ਼ੇ ਦੇ ਕਾਰਨ ਇਹ ਬਿਆਨ ਉਹਦੇ ਕੋਲ ਦਿਓ ਜੇ ਚੰਗਾ ਵਧੀਆ ਰਹੋਗੇ ਵਾ ਕੀ ਬਾਤ ਆ ਗਿੱਦੜ ਸਿੰਘੀ ਨਾਲ ਵਾਜੀ ਵਾ ਗਿੱਦੜ ਸਿੰਘੀ ਦੇ ਨਾਲ ਮਾਨ ਸਾਹਿਬ ਮਾਫ ਕਰਨਾ ਮੈਂ ਮਾਫੀ ਚਾਹੁੰਨਾ ਤੁਹਾਡੇ ਕੋਲ ਹੱਥ ਬਨ ਕੇ ਪਰ ਗਿੱਦੜ ਸਿੰਘੀ ਜੇ ਤੁਹਾਡੇ ਕੋਲ ਅਸੀਂ ਗਿੱਦੜ ਸਿੰਘੀ ਲੈ ਦਿੰਨੇ ਜੇ ਗਿੱਦੜ ਸਿੰਘੀ ਦੇ ਨਾਲ ਕੁਝ ਹੁੰਦਾ ਹੁੰਦਾ ਅੱਜ ਤੁਹਾਡੇ ਬੱਚੇ ਵੀ ਤੁਹਾਡੇ ਕੋਲ ਹੋਣੇ ਸੀ ਗਿੱੱਡਰ ਸਿੰਘੀਆਂ ਦੇ ਨਾਲ ਵਾਹ ਯਾਰ ਗਿੱੱਡਰ ਸਿੰਘੀ ਕਿਹੜੀ ਐ ਇਹੋ ਜਿਹੀ ਬਲਾ ਆ ਗਈ ਇੱਕੋ ਜੋਗੀਆਂ ਦਾ ਚੰਗਾ ਤੋਏ ਇਹ ਹੁਣ ਕਮੇਡੀ ਨਹੀਂ ਚਲਣੀ ਮਾਨ ਸਾਹਿਬ ਜੀ ਏ ਇੱਥੇ ਕੰਮ ਬੋਲਣੇ ਚਾਹੀਦੇ ਆ ਇਹ ਗਰਾਊਂਡ ਲੈਵਲ ਤੇ ਆਓ ਜਾਜਾਂ ਤੇ ਉੱਡਦੇ ਰਹੇ ਆ ਬਾਕੀ ਵੀ ਬਥੇਰੇ ਆ ਵੀ ਉਹਨਾਂ ਨੂੰ ਬਿਆਨਬਾਜ਼ੀਆਂ ਤੁਸੀਂ ਵੀ ਕਰਦੇ ਰਹੇ ਆ ਬਾਕੀ ਚਲੋ ਗਿੱੱਡਰ ਸਿੰਘੀ ਲੈ ਲਓ ਜੇ 2027 ਦੇ ਵਿੱਚ ਤੇ ਉਹ ਲੋਕਾਂ ਨੂੰ ਕਹਿ ਦੋ ਜੇ ਵੀ ਹੈਗੀ ਮੇਰੇ ਕੋਲ ਗਿੱੱਡਰ ਸਿੰਘੀ ਮੈਂ ਜਿੱਤ ਜੂਗਾ 2024 ਚ ਵੀ MP ਜਿਤਾ ਲਓ ਜੇ ਚੰਗਾ ਕੋਈ ਗੱਲ ਨਹੀਂ ਜੀ ਅਸੀਂ ਗਿੱਦੜ ਸਿੰਘ ਹੀ ਭਾਲਦੇ ਹੁਣਾਂ ਚ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ